यहाँ से लेकर अगर मैं वहाँ तक चल पड़ा हूँ ना 30 कदम, तो मुझे सांस चढ़ जाए। मैं वो लड़का हूँ जो 1200 रुपये की 1400 रुपये की गर्द दिहाड़ी ला के अपनी बेगम को देता था। आज 4 से 5 साल हो गए। ਡਾਕਟਰਾਂ ਦੀ ਗਫਲਤ ਦੀ ਵਜ੍ਹਾ ਦੇ ਨਾਲ ਇੱਕ ਹੱਸਦਾ ਵੱਸਦਾ ਘਰ ਜਿਹੜਾ ਹੈ ਨਾ ਇਸ ਟਾਈਮ ਡਿਸਟਰਬ ਹੋ ਗਿਆ। ਛੋਟੇ ਛੋਟੇ ਇਹਨਾਂ ਦੇ ਬੱਚੇ ਹੈਗੇ ਨੇ ਅਤੇ ਭਾਈਜਾਨ ਨਾਲ ਬਿਮਾਰ ਹੈਗੇ ਸੀ ਅਤੇ ਡਾਕਟਰਾਂ ਨੇ ਉਹਨੂੰ ਗਲਤ ਇੰਜੈਕਸ਼ਨ ਲਾ ਕੇ ਜਿਹੜਾ ਨਾ ਉਹਨਾਂ ਦੀ ਲੱਤ 'ਤੇ ਐਸਾ ਇਨਫੈਕਸ਼ਨ ਹੋਇਆ ਕਿ ਉਹ ਇਨਫੈਕਸ਼ਨ ਠੀਕ ਨਹੀਂ ਹੋ ਸਕਦਾ। ਅਤੇ ਅਸੀਂ ਇਹਨਾਂ ਨਾਲ ਗੱਲ ਕਰਨੀ ਹੈ ਕਿ ਤੁਹਾਨੂੰ ਮਸਲਾ ਕਿੱਥੋਂ ਪੇਸ਼ ਹੈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ। ਭਾਈਜਾਨ ਕੀ ਹਾਲ ਹੈ? ਸ਼ੁਕਰ ਅੱਲਾਹ ਦਾ ਕਰਮ। ਭਾਈਜਾਨ ਮਤਲਬ ਕਿ ਤੁਹਾਨੂੰ ਕੋਈ ਬਿਮਾਰੀ ਵਗੈਰਾ ਸੀ ਸ਼ੁਰੂ ਤੋਂ ਜਾਂ ਕੋਈ ਬਿਮਾਰ ਸੀ ਤੁਸੀਂ ਜਿਹਦੀ ਵਜ੍ਹਾ ਨਾਲ ਡਾਕਟਰ ਨੇ ਤੁਹਾਨੂੰ ਗਲਤ ਇੰਜੈਕਸ਼ਨ ਲਾਇਆ ਅਤੇ ਤੁਹਾਡਾ ਲੱਤ ਰਿਐਕਟ ਕਰ ਗਿਆ? ਨਹੀਂ, ਮੈਂ ਨਾ ਬਿਮਾਰ ਸੀ ਅਤੇ ਕਾਫੀ ਜ਼ਿਆਦਾ ਬਿਮਾਰ ਸੀ। ਇਹ ਮੈਨੂੰ ਹੋਸਪਿਟਲ ਲੈ ਕੇ ਗਏ ਨੇ, ਉਹਨਾਂ ਨੇ ਮੈਨੂੰ ਟੀਕਾ ਲਾਇਆ, ਉਹ ਟੀਕਾ ਨਾ ਗਲਤ ਲੱਗ ਗਿਆ। ਉਹਦੀ ਵਜ੍ਹਾ ਤੋਂ ਨਾ ਮੇਰੇ ਮੋਹਰਿਆਂ ਦੀ ਨਾਤ ਯਾਨੀ ਕਿ ਤਕਲੀਫ ਸ਼ੁਰੂ ਹੋ ਗਈ। ਉਹ ਹੁੰਦੀ 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 ਮੇਰੀ ਹੱਡੀਆਂ ਕਮਜ਼ੋਰ ਹੋ ਗਈਆਂ, ਯਾਨੀ ਕਿ ਬਸ ਅੱਲਾ ਹੀ ਚਲਾ ਰਿਹਾ। ਕਿਸੇ ਕੋ ਮੰਗ, ਉਹਦੇ ਕੋ ਮੰਗ, ਭਰਾ ਕੋ ਮੰਗ ਕਿ ਯਾਰ ਸਾਡਾ ਹੀ ਹਾਲਾਤ ਐਸੇ ਹੈਗੇ ਨੇ ਕਿ ਅੱਲਾ ਚਲਾ ਰਿਹਾ ਸਾਨੂੰ। ਅਤੇ ਮੇਰੇ ਮੋਹਰਿਆਂ ਦੀ ਤਕਲੀਫ ਹੈਗੀ, ਮੋਹਰਿਆਂ ਦੀ ਵਜ੍ਹਾ ਤੋਂ ਇਹ ਮੇਰੀ ਲੱਤ ਹੈਗੀ ਹੈ, ਇਹ ਲੱਤ ਇਨਫੈਕਸ਼ਨ ਕਰ ਗਈ ਮੇਰੀ, ਇਹ ਲੱਤ ਪੱਟੀ ਪੱਟੀ ਜੋ ਮਤਲਬ ਕਿ ਡਾਕਟਰਾਂ ਦੀ ਗਫਲਤ ਦੀ ਵਜ੍ਹਾ ਨਾਲ ਗਲਤ ਇੰਜੈਕਸ਼ਨ ਲੱਗਾ ਅਤੇ ਉਹ ਰਿਐਕਟ ਜਿਹੜਾ ਤੁਹਾਡੀ ਲੱਤ 'ਤੇ ਕਰ ਗਿਆ। ਹਾਂਜੀ, ਲੱਤ 'ਤੇ ਕਰ। ਜੋਬ ਵਗੈਰਾ ਕਰਦੇ ਤੁਸੀਂ? ਸਰਕਾਰੀ ਆ ਕਿ ਮਤਲਬ ਕਿ ਪ੍ਰਾਈਵੇਟ ਹੀ ਕਰ ਰਹੇ? ਮੈਂ ਦਫਤਰੀਆਂ ਦਾ ਕੰਮ ਕਰਨਾ ਸਾ, ਡੱਬਾ ਬਣਾਉਣਾ ਸਾ, ਫਰੂਟ ਵਾਲਾ, ਕਾਫੀਆਂ ਦਾ, ਇਹ ਕੰਮ ਕਰਨਾ ਸਾ ਮੈਂ। ਅੱਲਾ ਨੇ ਰੌਣਕ ਲਾਈ ਸੀ। ਬਸ ਜਦੋਂ ਮੈਂ ਜਦੋਂ ਦਾ ਬਿਮਾਰ ਹੋਇਆ ਵਾਂ, ਉਹਦੇ ਬਾਅਦ ਮੇਰੇ ਕੋਲ ਕੰਮ ਨਹੀਂ ਹੋਇਆ। ਮਤਲਬ ਕਿ ਲੱਤ ਮਸਲਾ ਬਣਨ ਤੋਂ ਬਾਅਦ, ਉਸ ਤੋਂ ਬਾਅਦ ਜਿਹੜਾ ਨਾ ਮਸਲਾ ਤੁਹਾਡਾ ਸ਼ੁਰੂ ਹੋ ਗਿਆ? ਹਾਂਜੀ, 4 ਤੋਂ 5 ਸਾਲ ਹੋ ਗਏ ਨੇ ਕਿ ਮੈਂ ਘਰ ਮੰਜੀ 'ਤੇ ਪਿਆ। ਅਤੇ ਚੱਲਿਆ ਵੀ ਨਹੀਂ ਜਾਂਦਾ ਠੀਕ ਤਰ੍ਹਾਂ ਤੁਹਾਡੇ ਨਾਲ? ਹਾਂਜੀ, ਨਹੀਂ ਚੱਲਿਆ ਜਾਂਦਾ। ਮੈਂ ਅਤੇ ਘਰ ਦਾ ਸਰਕਟ ਕਿਸ ਤਰ੍ਹਾਂ ਚੱਲ ਰਿਹਾ ਹੈਗਾ? ਮਹਿੰਗਾਈ ਦਾ ਦੌਰ ਹੈਗਾ, ਖਾਣਾ ਪੀਣਾ, ਬੱਚਿਆਂ ਦਾ ਕੁਛ 100 ਮਸਲੇ ਮਸਾਇਲ ਜਿਹੜੇ ਹੈਗੇ ਨੇ, ਅਤੇ ਤੁਹਾਨੂੰ ਬੜੇ ਮੁਸ਼ਕਲ ਫੇਸ ਕਰਨੇ ਪੈ ਰਹੇ ਨੇ। ਮੈਂ, ਮੇਰੀ ਬੇਗਮ ਨੇ ਇਹ ਲੋਕਾਂ ਦੇ ਘਰ ਬਰਤਨ ਧੋ ਲਏ, ਉਹਨਾਂ ਦੇ ਘਰ ਕੱਪੜੇ ਧੋ ਲਏ, ਉਹਨਾਂ ਦੇ ਘਰ ਕੱਪੜੇ ਧੋ ਲਏ, ਯਾਨੀ ਕਿ ਮਹੀਨੇ ਦਾ ਕੋਈ ਹਿਸਾਬ ਕਿਤਾਬ ਅੱਲਾ ਸਾਡਾ ਲਾ ਦਿੰਦਾ। ਮਤਲਬ ਕਿ ਥੋੜ੍ਹਾ ਬਹੁਤ ਸਰਕਟ ਜਿਹੜਾ ਤੁਹਾਡਾ ਹੈਗਾ ਨਾ, ਉਹ ਦਰਗੁਜ਼ਰ ਜਿਹੜਾ ਨਾ ਹੋ ਰਿਹਾ ਪ੍ਰੋਪਰ, ਜਿਸ ਤਰ੍ਹਾਂ ਇੱਕ ਖੁਸ਼ਹਾਲ ਜਿਹੜਾ ਘਰ ਸੀ ਨਾ ਉਹ ਇਸ ਟਾਈਮ ਜਿਹੜਾ ਨਾ ਸਾਡੇ ਉੱਤੇ 3 ਮਹੀਨੇ ਦਾ ਕਿਰਾਇਆ ਵੀ ਅਸੀਂ ਬਹੁਤ ਮਜਬੂਰ ਲੋਕ ਹੋਏ, ਕਿਉਂਕਿ ਮੈਂ ਹਾਫਿਜ਼ ਕੁਰਾਨ ਆ, ਮੇਰੀ ਬੇਗਮ ਵੀ ਹਾਫਿਜ਼ ਕੁਰਾਨ ਪੜ੍ਹ। ਮਾਸ਼ਾਅੱਲਾ ਮਾਸ਼ਾਅੱਲਾ, ਮਤਲਬ ਕਿ 2 ਜਣਾਂ ਦੀ ਜਿਹੜੇ ਦੇਖ ਲਓ ਤੁਸੀਂ ਇੱਕ ਰੱਖੀ ਹੈ, ਅਤੇ ਬਸ ਅਸੀਂ ਇਸ ਟਾਈਮ ਬਹੁਤ ਬੇਬਸ ਹੋਏ ਹਾਂ। ਘਰ ਰੈਂਟ ਦੇ ਹੈਗਾ? ਹਾਂਜੀ, ਘਰ ਰੈਂਟ। ਕਿੰਨਾ ਕਿਰਾਇਆ ਹੈਗਾ? 9000 ਰੁਪਈਆ। 9000 ਰੁਪਇਆ ਕਿਰਾਇਆ ਹੈਗਾ? ਅਤੇ ਇੱਥੇ ਮਤਲਬ ਕਿ ਕਿਰਾਏਦਾਰ ਵੀ ਜਿਹੜਾ ਹੈਗਾ ਨਾ ਕੋਈ ਕੰਪਰੋਮਾਈਜ਼ ਨਹੀਂ ਕਰ? ਨਹੀਂ, ਸਾਨੂੰ ਉਹ ਹਰ ਦਫਾ ਕਹਿੰਦੇ ਨੇ ਕਿ ਕੱਢੋ ਇੱਥੋਂ ਨਿਕਲੋ, ਉਹਨਾਂ ਦਾ ਫਿਰ ਮਿਹਨਤ ਤਰਲਾ ਕਰੀਦੇ, ਪੈਰ ਪਾੜ ਲਏ ਨੇ। ਉਹਨਾਂ ਨੂੰ ਵੀ ਪਤਾ ਹੈ ਕਿ ਯਾਰ ਕਿੰਨੇ ਹੈ। ਮਤਲਬ ਪਹਿਲੇ ਟਾਈਮ 'ਤੇ ਕਿਰਾਇਆ ਦਿੰਦੇ ਸੀ ਅਤੇ ਲੱਤ ਡੈਮੇਜ ਹੋਣ ਦੀ ਵਜ੍ਹਾ ਨਾਲ ਜਿਹੜਾ ਨਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਕੀਤਾ ਹੈਗਾ ਤੁਹਾਡੇ ਨਾਲ? ਹਾਂਜੀ ਬਿਲਕੁਲ, ਉਹ ਕਰਦੇ ਨੇ, ਸਾਨੂੰ ਕਹਿੰਦੇ ਨੇ ਕਿ ਤੁਸੀਂ ਰਹੀ ਜਾਓ, ਲੇਕਿਨ ਕਿਰਾਇਆ 2-3 ਮਹੀਨੇ ਜਿਹੜੇ ਤੁਹਾਡੇ ਚੜ੍ਹੇ ਨੇ ਉਹ ਨਾਲ ਨਾਲ ਦਿੰਦੇ ਰਹੋ। ਬਸ ਕਿਤੋਂ ਨਾ ਕਿੱਥੋਂ ਅੱਲਾ ਕਰਦਾ, ਕਦੀ ਨਹੀਂ ਹੁੰਦਾ, ਕਿਸੇ ਟਾਈਮ 2 ਟਾਈਮ ਰੋਟੀ ਖਾ ਲਏ, ਕਿਸੇ ਟਾਈਮ 1 ਟਾਈਮ ਰੋਟੀ ਖਾ ਲਏ, ਬੱਚਿਆਂ ਨੂੰ ਖਵਾ ਦਿੱਤੀ, ਆਪ ਭੁੱਖੇ ਰਹਿ ਗਏ। ਇਹ ਹਾਲਾਤ ਜਾ ਰਹੇ ਨੇ 4 ਸਾਲ ਤੋਂ ਮੇਰੇ। ਖੈਰ ਕਰੇ। ਅੱਛਾ, ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਮਤਲਬ ਛੋਟਾ ਮੋਟਾ ਕੰਮ ਕਰ ਰਹੇ, ਬਰਤਨ ਵਗੈਰਾ ਧੋਤੇ, ਸਫਾਈਆਂ ਵਗੈਰਾ ਕਰਤੀਆਂ? ਚੁੱਪ ਕਰੋ ਭਾਈਜਾਨ, ਕੋਈ ਗੱਲ ਨਹੀਂ, ਅੱਲਾ ਤਾਲਾ ਖੈਰ ਕਰੇਗਾ, ਕੋਈ ਮਸਲਾ ਨਹੀਂ। ਅਤੇ ਤੁਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਵਗੈਰਾ ਕਰ ਰਹੇ ਜੇ, ਅਤੇ ਉਹ ਵੀ ਬੜਾ ਮੁਸ਼ਕਲ ਜਿਹੜਾ ਕੰਮ ਹੈਗਾ ਇੱਕ ਔਰਤ ਨੂੰ ਫੀਮੇਲ ਨੂੰ ਕੰਮ ਕਰਨਾ ਜੀ ਲੋਕਾਂ ਦੇ ਘਰਾਂ ਦੇ ਵਿੱਚ, ਅਤੇ ਅੱਛਾ ਨਹੀਂ ਲੱਗਦਾ ਹੈਗਾ। ਬਸ ਕਿਆ ਕਰੇ, ਬੱਚੋਂ ਕੋ ਵੀ ਤੋ ਪਾਣਾ, ਤਰ੍ਹਾਂ ਤਰ੍ਹਾਂ ਕੀ ਗੰਦੀ ਨਜ਼ਰੇ ਦੇਖਦੇ ਆ, ਦਿਲ ਨਹੀਂ ਕਰਦਾ ਕੰਮ ਕਰਨੇ ਕੋ। ਅੱਲਾ ਤਾਲਾ ਖੈਰ ਕਰੇ। ਚੁੱਪ ਕਰੇ ਜ਼ਰਾ, ਆਪ ਚੁੱਪ ਕਰੇ, ਅੱਲਾ ਤਾਲਾ ਖੈਰ ਕਰੇਗਾ। ਅਤੇ ਭਾਈਜਾਨ ਜਿਹੜਾ ਹੈਗਾ ਤੁਸੀਂ ਹੁਣ ਇਹ ਜਿਹੜਾ ਆਪਣਾ ਪ੍ਰੋਪਰ ਇਲਾਜ ਕਰਵਾਉਣਾ ਚਾਹ ਰਹੇ ਜੀ ਕਿ ਪ੍ਰੋਪਰ ਮੈਂ ਠੀਕ ਹੋ ਜਾਵਾਂ? ਮੈਨੂੰ ਕੋਈ ਠੀਕ
करवा दे तो मैं सारी जिंदगी उनका वो मेरा मौसम होगा, मैं उनकी खिदमत सारी जिंदगी के करना तो मैं उनकी खिदमत करूँगा जो मेरा इलाज करा। कितने बच्चे ने? मेरे को 3 बेटे ने, बड़ा मेरा बेटा 10 साल का, छोटा मेरा बेटा 7 साल का, उनके ना छोटा 5 साल का, तीनों मदरसे पाया कुरान मजीद पढ़ रहे। माशाल्लाह 3 बेटे ने, वालद भी जेडे है ने हाफिज़े कुरान ने, तो इन्हों की वाइफ ही हाफिज़े कुरान हैगी है। तुम पढ़े पढ़ाई की थी, कोई एजुकेशन अपनी किनी हैगी है? हाँ जी, एफ ए किया था, बी ए में मैंने छोड़ दिया था, वसाइल नहीं हो रहे थे। मैंने शादी के बाद कोशिश किया पढ़ने की, लेकिन वसाइल ही नहीं इतने हुए मैं आगे पढ़ सकूँ। बच्चों को भी मैंने, मैं स्कूल पढ़ा सकती, बस मदरसे में भेजती हूँ, वहाँ पर फीस वगैरह नहीं है। किसी टाइम उनके लिए भी रोटी होती है, किसी भी टाइम नहीं होती। हमारे बड़े भाई हैं, हमारे वाली साहब का घर था, वो बेच के दुबई चले गए, हमारा भी यानी कि हिस्सा ले गए, हमको भी बस रोल के, मैं छोटा हूँ। मतलब कि वो सारा बेच बाच के बाहर चले गए ने? बाहर चले गए, दो भाई थे, मैं सबसे छोटा हूँ, तो कभी नहीं उन्होंने मुड़ के देखा कि यार भाई है, छोटा राजपूत फैमिली है, कभी नहीं उन्होंने देखा कि यार ये क्या है, इनके हालात क्या हैं। अल्लाह ताला खैर करेगा। हाफ़िज़े कुरान ने ठीक है, तो लिहाजा वीडियो शेयर ज़्यादा तो ज़्यादा की जाए, इन्हों की जिनी ज़्यादा तो ज़्यादा हेल्प हो सकती है वो की जाए। असं यह नहीं कहते कि इन्हों बच्चों अच्छे स्कूलों के पढ़ाई मिले, वो इस टाइम जी पढ़ाई लै रहे हैं ना, उस तो वध के पढ़ाई कोई नहीं हैगी हाफ़िज़े कुरान की। तो लोगों रिक्वेस्ट हैगी है कि इस फैमिली तो जरा ज़्यादा तो ज़्यादा इन्हों तावन किया जाए। तो बाजी जड़े है वो ना एफ ए किया, उन्होंने एफ ए किया वा अपने, एफ ए किया है, तो अगर कोई अच्छी जॉब का भी होया तो जरूर होएगा, क्योंकि अजकल जरा ना दफ्तर के बच्चे या कि जॉब का जोड़ा है ना, वो भी हालात ठीक नहीं है फीमेल वास्ते। आजकल के हालात में औरत का बाहर निकलना ही गुनाह है, भेड़िए फिर रहे हैं, हर लोग गलत गलत निगाह से देखते हैं। एक वो टाइम था जब कभी घर से बाहर नहीं निकले थे, आज मुझे घर से बाहर निकलना तरह तरह के लोग देखते हैं, तकलीफ होती है। अल्लाह ताला से कहती हूँ मैं इतना तो दो कि मुझे घर से बाहर ना निकलना पड़े। पढ़ाई हैगी तेरे को, एजुकेशन हैगी, लेकिन अल्लाह ताला कोई ना कोई तेरा वसीला कर देगा। व्यूअर्स जो देख रहे हैं, ज़्यादा तो ज़्यादा इन्हों की हेल्प की जाए, तो मालक मकान भी रिक्वेस्ट हैगी कि इन्होंने फुल तावन किया जाए। महंगाई इन्नी हैगी भाईजान के बिजली के बिल नहीं जोड़े दिते जा रहे हैं, ਤੁਹਾਡੇ ਭਾਈ ਜਿਹੜੇ ਹੈਗੇ ਨੇ ਭੈਣ ਭਰਾ ਕੋਈ ਵੀ ਨਹੀਂ ਤਾਵਨ ਕਰਦੇ। ਹਮਾਰੀ ਇੱਕ ਸਿਸਟਰ ਸੀ, ਉਹ ਫੋਤ ਹੋ ਗਏ, ਬੜੀ ਆਪੀ ਸੀ, ਉਹ ਫੋਤ ਹੋ ਗਏ, ਜੋ ਭਾਈ ਬਾਹਰ ਚਲੇ ਗਏ, ਉਹਨੇ ਵਾਲੀ ਸਾਹਿਬ ਕਾ ਭੇਜ ਕੇ ਦੁਬਈ ਮੈਂ, ਉਹਨੇ ਕਭੀ ਨਹੀਂ ਹਮੇ ਕਾਲ ਕੀ ਕਿ ਯਾਰ ਕਿਸ ਹਾਲਾਤ ਮੈਂ, ਬੱਚੋ ਕੈਸੇ, ਆਪ ਹਮਾਰੇ ਬੱਚੇ ਦੇਖੇਂਗੇ, ਆਪ ਕਹੇਂਗੇ ਯਾਰ ਇਨਕੋ ਤੋ सोनी औलाद अल्लाह ताला ने दी। गौरव में होना चाहिए था इन बच्चों, इतने हमारे प्यारे बच्चे। देखो ना हाफ़िज़े कुरान, माशाल्लाह औलाद भी तो ताड़ी अल्लाह ताला ने फिर खूबसूरत ही है ना। वो देने वाला। लिहाजा वीडियो ज़्यादा से ज़्यादा शेयर की जाए, तो फिर रिक्वेस्ट हैगी है कि इन्ह के नाल ना फुल तावन किया जाए। इन्हों का नंबर असी जो है ना दे दिता थले, तो जिनी ज़्यादा तो ज़्यादा हेल्प हो सकती है इस फैमिली दी की जाए। आप ही उन्होंने एफ ए किया, तो कोई अच्छी जॉब भी हैगी है, तो वह भी अगर क्योंकि मजबूरी के तहत इन्हों काम करना पै रहा, किसी औरत का दिल नहीं करता कि अपना घर बार छड़ के बच्चों तो बाहर जाए, क्योंकि बाहर के अजकल हालात तो पता है कैसे है ने। अल्लाह ताला सब नू अपने हिफ्ज़ो ईमान दे विच रखे, इस फैमिली ते करम करे अल्लाह ताला। ज़्यादा तो ज़्यादा शेयर वीडियो करो, इन्हों की हेल्प करो, अल्लाह ताला ना ते करम करे, सब ते करम करे अपना।